ਅੱਜ ਪੂਰੇ ਪੰਜਾਬ ਦੇ ਵਿੱਚ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ। ਚੰਡੀਗੜ੍ਹ ਦੇ ਨਾਲ ਨਾਲ ਅਸੀਂ ਖੜੇ ਹਾਂ ਮੋਹਾਲੀ ਦੇ ਅੰਬ ਸਾਹਿਬ ਗੁਰਦੁਆਰਾ, ਜਿੱਥੇ ਸਾਰੇ ਇੱਥੇ ਵਲੰਟੀਅਰਸ ਨੇ, ਵਿਧਾਇਕ ਨੇ, MLAs ਨੇ, ਮੰਤਰੀ ਨੇ ਉੱਥੇ ਪਹੁੰਚਦੇ। ਸੋੜਾ ਮਾਜਰੀ ਸਾਡੇ ਨਾਲ ਨੇ। ਸਰ, ਜਿਹੜਾ ਵੀ ਕੱਲ੍ਹ ਰਾਤ ਹੋਇਆ, ਲਗਾਤਾਰ ਪੰਜਾਬ ਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ, ਚੰਡੀਗੜ੍ਹ 'ਚ ਵੀ ਆਮ ਆਦਮੀ ਪਾਰਟੀ ਦੇ ਵਲੰਟੀਅਰਸ ਨੇ, ਲੋਕ ਨੇ, ਉਹ ਸੜਕਾਂ 'ਤੇ ਨੇ, ਪ੍ਰਦਰਸ਼ਨ ਕੀਤਾ ਜਾ ਰਿਹਾ, ਕਿਸ ਤਰ੍ਹਾਂ ਵੇਖ? ਇਹ ਦੇਖੋ, ਕਿਤੇ ਨਾ ਕਿਤੇ ਕਾਹਲੀ 'ਚ ਚੱਕਿਆ ਹੋਇਆ ਕਦਮ ਆ, ਕਿਉਂਕਿ ਕੱਲ੍ਹ ਹੀ ਹਜੇ ਹਾਈਕੋਰਟ ਨੇ ਜਿਹੜਾ ED ਨੂੰ ਨੋਟਿਸ ਕੀਤਾ ਸੀ ਕੇਜਰੀਵਾਲ ਸਾਹਿਬ ਦੀ ਜਿਹੜੀ ਯਾਚਿਕਾ ਜਿਹੜੀ ਚੱਲ ਰਹੀ ਸੀ ਉਹਦੇ ਸਬੰਧ ਦੇ ਵਿੱਚ ਕਿ 22 ਤਰੀਕ ਤੱਕ ਤੁਸੀਂ ਉਹਦੇ ਜਿਹੜਾ ਹੈਗਾ ਜਵਾਬ ਦੇਣਾ ਜੀ। ਪਰ ਬਹੁਤ ਕਾਹਲੀ ਦੇ ਵਿੱਚ 2 ਘੰਟਿਆਂ ਦੇ ਵਿੱਚ ਹੀ ED ਨੇ ਜਿਹੜਾ ਕੇਜਰੀਵਾਲ ਸਾਹਿਬ ਦੇ ਘਰ ਪਹੁੰਚ ਕੇ ਜਿਹੜਾ ਉਹਨਾਂ ਨੂੰ ਗ੍ਰਿਫਤਾਰ ਕੀਤਾ, ਇਹ ਕਿਤੇ ਨਾ ਕਿਤੇ ਲੋਕਤੰਤਰ ਦੀ ਜਿਹੜੀ ਹੱਤਿਆ ਜਿਹੜੀ ਕੀਤੀ ਗਈ ਆ, ਕਿਉਂਕਿ ਇੰਨੀ ਕਾਹਲੀ ਕਿਸ ਚੀਜ਼ ਦੀ ਸੀ? ਇੰਨਾ ਉਹਨੂੰ ਮੋਦੀ ਨੂੰ ਕੀ ਪ੍ਰੋਬਲਮ ਕੀ ਆ ਗਈ ਸੀ ਕਿ ਜੇ ਦੇਸ਼ ਦੇ ਵਿੱਚ ਅੱਜ ਅਸੀਂ ਦੇਖੀਏ ਤਾਂ ਮੋਦੀ ਸਾਹਿਬ ਸਿਰਫ ਇੱਕੋ ਹੀ ਬੰਦੇ ਤੋਂ ਡਰਦੇ ਨੇ, ਉਹ ਹੈ ਅਰਵਿੰਦ ਕੇਜਰੀਵਾਲ ਸਾਹਿਬ। ਉਹਨਾਂ ਦਾ ਡਰ ਇੰਨਾ ਡਰ ਪਿਆ ਹੋਇਆ ਕਿ ਉਹ ਨਹੀਂ ਚਾਹੁੰਦੇ ਕਿ 2024 ਦੇ ਵਿੱਚ ਜਿਹੜਾ ਹੈਗਾ ਇੰਡੀਆ ਅਲਾਇੰਸ ਹੈ ਜਿਹੜਾ ਉਹ ਅੱਗੇ ਵਧੇ, ਉਹਨੂੰ ਰੋਕਣ ਵਾਸਤੇ ਇਹ ਹੱਥਕੰਡੇ ਨੇ ਜਿਹੜੇ BJP ਵੱਲੋਂ, ਮੋਦੀ ਵੱਲੋਂ ਜਿਹੜੇ ਅਪਣਾਏ ਜਾ ਰਹੇ ਨੇ। ਪਰ ਅਸੀਂ ਸਾਨੂੰ ਚਾਹੇ ਜਿੱਥੇ ਜੇਲ੍ਹਾਂ 'ਚ ਡੱਕਣ, ਜਿੱਥੇ ਮਰਜ਼ੀ ਲੈ ਕੇ ਜਾਣ, ਅਸੀਂ ਨਾ ਡਰਨ ਵਾਲਿਆਂ ਨਾ ਝੁਕਣ ਵਾਲਿਆਂ, ਅਸੀਂ ਇਹ ਲੜਾਈ ਪੂਰੇ ਜ਼ੋਰਦਾਰ ਤਰੀਕੇ ਨਾਲ ਲੜਾਂਗੇ ਔਰ ਡਟ ਕੇ ਇਸ ਦਾ ਵਿਰੋਧ ਕਰਾਂਗੇ ਔਰ ਕੇਜਰੀਵਾਲ ਸਾਹਿਬ ਦੇ ਭਗਵੰਤ ਮਾਨ ਜੀ ਦੇ ਮੋਢੇ ਨਾਲ ਮੋਢਾ ਲਾ ਕੇ ਅਸੀਂ ਚੱਲਾਂਗੇ। ਗ੍ਰਿਫਤਾਰ ਕਰਨ ਨਾਲ ਕੇਜਰੀਵਾਲ ਸਾਹਿਬ ਦੀ ਆਵਾਜ਼ ਰੁਕ ਨਹੀਂ ਸਕਦੀ। ਉਹਨਾਂ ਦੀ ਲੱਖਾਂ ਵਲੰਟੀਅਰ ਨੇ ਜਿਹੜੇ, ਉਹਨਾਂ ਦੇ ਰਾਹੀਂ ਉਹਨਾਂ ਦੀ ਆਵਾਜ਼ ਆ ਆਵਾਮ ਤੱਕ ਪਹੁੰਚੂਗੀ ਔਰ ਆਵਾਜ਼ ਪੂਰੀ ਬੁਲੰਦ ਤਰੀਕੇ ਨਾਲ ਜਿਹੜੀ ਲੋਕਾਂ ਤੱਕ ਪਹੁੰਚਾਵਾਂਗੇ। ਜਿਹੜਾ ਜੋ ਇਹਨਾਂ ਨੇ ਇਹੋ ਜਿਹੀ ਘਟੀਆ ਹਰਕਤ ਕੱਲ ਕੇਜਰੀਵਾਲ ਸਾਹਿਬ ਨੂੰ ਅਰੈਸਟ ਕਰਕੇ ਕੀਤੀ ਹੈ, ਇਹ ਮੈਂ ਕਹਿੰਦਾ ਆਉਣ ਵਾਲੇ ਸਮੇਂ ਦੇ ਵਿੱਚ ਇਤਿਹਾਸ 'ਚ ਲਿਖਿਆ ਜਾਊਗਾ ਕਿ ਇਹਨਾਂ ਨੇ ਕਿੱਡੀ ਬਲੰਡਰ ਮਿਸਟੇਕ ਕੀਤੀ ਹੈ ਕਿ ਇੱਕ ਮੁੱਖ ਮੰਤਰੀ ਨੂੰ ਬਿਨਾਂ ਕਿਸੇ ਤੋਂ ਜਿਹੜਾ ਚੱਕਿਆ ਗਿਆ। ਮੈਨੂੰ ਲੱਗਦਾ ਕਿਤੇ ਨਾ ਕਿਤੇ ਅੱਜ ਦਿੱਲੀ 'ਚ ਵੀ ਕਾਫੀ ਵੱਡਾ ਪ੍ਰਦਰਸ਼ਨ ਕੀਤਾ ਜਾ ਰਿਹਾ, ਮੁੱਖ ਮੰਤਰੀ ਪੰਜਾਬ ਵੀ ਉੱਥੇ ਪਹੁੰਚੇ ਹੋਏ ਨੇ, ਕਿਸ ਤਰ੍ਹਾਂ ਦੇਖਦੇ ਹੋ ਅਗਲੀ ਰਣਨੀਤੀ, ਕਿਸ ਤਰ੍ਹਾਂ ਦੀ ਆਮ ਆਦਮੀ ਪਾਰਟੀ? ਦੇਖੋ, ਜਿਵੇਂ ਸਾਨੂੰ ਪਾਰਟੀ ਵੱਲੋਂ ਜਿਹੋ ਜਿਹਾ ਨਿਰਦੇਸ਼ ਆਊਗਾ ਅਸੀਂ ਪਾਰਟੀ ਦੇ ਨਿਰਦੇਸ਼ ਮੁਤਾਬਕ ਹੀ ਚੱਲਾਂਗੇ ਔਰ ਜੇ ਸਾਨੂੰ ਕਹਿਣਗੇ ਧਰਨੇ ਤੇ ਬੈਠਣਾ, ਲੰਬੇ ਸਮੇਂ ਧਰਨੇ ਤੇ ਬੈਠਾਂਗੇ ਜਾਂ ਕੋਈ ਹੋਰ ਐਜੀਟੇਸ਼ਨ ਕਰਨੀ ਉਹ ਕਰਨਗੇ, ਜਿਵੇਂ ਵੀ ਪਾਰਟੀ ਦਾ ਨਿਰਦੇਸ਼ ਆਊਗਾ ਉਸ ਤਰ੍ਹਾਂ। ਦਿੱਲੀ ਵੱਲ ਆਪਣਾ ਚੰਡੀਗੜ੍ਹ ਵੱਲ ਕੁਝ ਕਰਨਾ ਹੈ ਕਿਉਂਕਿ ਉੱਥੇ ਵੀ ਪੂਰੀ ਬਾਰਡਰ ਏਰੀਆ ਸੀ? ਦੇਖੋ, ਸਾਡੇ ਜਿਹੜੇ ਪ੍ਰਧਾਨ ਜੀ ਨੇ ਜਿਹੜੇ ਬੁਧਰਾਮ ਜੀ, ਉਹ ਜਿਵੇਂ ਸਾਨੂੰ ਦੱਸਣਗੇ ਉਸ ਤਰ੍ਹਾਂ ਅਸੀਂ ਅਗਲੀ ਕਾਰਵਾਈ ਜਿਹੜੀ ਕਰੀ ਤੇ ਬਿਲਕੁਲ। ਕਈ ਜਿਹੜੇ ਵਿਧਾਇਕ ਨੇ, ਮੰਤਰੀ ਨੇ ਇੱਥੇ ਪਹੁੰਚ ਰਹੇ ਨੇ, ਕਾਫੀ ਜਿਹੜਾ ਇਕੱਠ ਹੈ ਉਹ ਜ਼ਰੂਰ ਵੇਖਣ ਨੂੰ ਮਿਲ ਰਿਹਾ। ਸਾਫ਼ ਤੌਰ ਤੇ ਕਿਹਾ ਜਾ ਰਿਹਾ ਕਿ ਇਹ ਪ੍ਰੋਟੈਸਟ ਜਿਹੜਾ ਹੁਣ ਲਗਾਤਾਰ ਜਾਰੀ ਰਹਿਣ ਵਾਲਾ ਹੈ, ਪੰਜਾਬ ਨਹੀਂ ਬਲਕਿ ਪੂਰੇ ਦੇਸ਼ ਦੇ ਵਿੱਚ ਅਸੀਂ ਪ੍ਰੋਟੈਸਟ ਕਰਾਂਗੇ ਔਰ ਜਿਸ ਤਰ੍ਹਾਂ ਦੇ ਕੱਲ ਚੀਜ਼ਾਂ ਹੋਈ ਹੈ ਉਸ ਨੂੰ ਆਮ ਆਦਮੀ ਪਾਰਟੀ ਦੇ ਵਰਕਰਸ, ਵਲੰਟੀਅਰਸ, ਜਿਹੜੇ ਮੰਤਰੀ, ਉਹ ਨਹੀਂ ਜਿਹੜਾ ਹੈਗਾ ਬਰਦਾਸ਼ਤ ਨਹੀਂ ਕਰ। ਮੋਹਾਲੀ ਤੋਂ ਕੈਮਰਾਮੈਨ ਸੰਦੀਪ ਕੁਮਾਰ ਨਾਲ ਮਨੋਜ ਰਾਠੀ, ਨਿਊਜ਼ 18 ਪੰਜਾਬ। ਅੱਜ ਪੂਰੇ ਪੰਜਾਬ ਦੇ ਵਿੱਚ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ, ਚੰਡੀਗੜ੍ਹ ਦੇ ਨਾਲ ਨਾਲ ਅਸੀਂ ਖੜੇ ਹਾਂ ਮੋਹਾਲੀ ਦੇ ਅੰਬ ਸਾਹਿਬ ਗੁਰਦੁਆਰਾ, ਜਿੱਥੇ ਸਾਰੇ ਇੱਥੇ ਵਲੰਟੀਅਰਸ ਨੇ, ਵਿਧਾਇਕ ਨੇ, MLAs ਨੇ, ਮੰਤਰੀ ਨੇ ਉੱਥੇ ਪਹੁੰਚਦੇ। ਸੋੜਾ ਮਾਜਰੀ ਸਾਡੇ ਨਾਲ ਨੇ। ਸਰ, ਜਿਹੜਾ ਵੀ ਕੱਲ੍ਹ ਰਾਤ ਹੋਇਆ, ਲਗਾਤਾਰ ਪੰਜਾਬ ਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ, ਚੰਡੀਗੜ੍ਹ 'ਚ ਵੀ ਆਮ ਆਦਮੀ ਪਾਰਟੀ ਦੇ ਵਲੰਟੀਅਰਸ ਨੇ, ਲੋਕ ਨੇ, ਉਹ ਸੜਕਾਂ 'ਤੇ ਨੇ, ਪ੍ਰਦਰਸ਼ਨ ਕੀਤਾ ਜਾ ਰਿਹਾ, ਕਿਸ ਤਰ੍ਹਾਂ ਵੇਖਦੇ? ਇਹ ਦੇਖੋ, ਕਿਤੇ ਨਾ ਕਿਤੇ ਕਾਹਲੀ 'ਚ ਚੱਕਿਆ ਹੋਇਆ ਕਦਮ ਆ, ਕਿਉਂਕਿ ਕੱਲ੍ਹ ਹੀ ਹਜੇ ਹਾਈਕੋਰਟ ਨੇ ਜਿਹੜਾ ED ਨੂੰ ਨੋਟਿਸ ਕੀਤਾ ਸੀ ਕੇਜਰੀਵਾਲ ਸਾਹਿਬ ਦੀ ਜਿਹੜੀ ਯਾਚਿਕਾ ਜਿਹੜੀ ਚੱਲ ਰਹੀ ਸੀ ਉਹਦੇ ਸਬੰਧ ਦੇ ਵਿੱਚ ਕਿ 22 ਤਰੀਕ ਤੱਕ ਤੁਸੀਂ ਉਹਦੇ ਜਿਹੜਾ ਹੈਗਾ ਜਵਾਬ ਦੇਣਾ ਜੀ। ਪਰ ਬਹੁਤ ਕਾਹਲੀ ਦੇ ਵਿੱਚ 2 ਘੰਟਿਆਂ ਦੇ ਵਿੱਚ ਹੀ ED ਨੇ ਜਿਹੜਾ ਕੇਜਰੀਵਾਲ ਸਾਹਿਬ ਦੇ ਘਰ ਪਹੁੰਚ ਕੇ ਜਿਹੜਾ ਉਹਨਾਂ ਨੂੰ ਗ੍ਰਿਫਤਾਰ ਕੀਤਾ, ਇਹ ਕਿਤੇ ਨਾ ਕਿਤੇ ਲੋਕਤੰਤਰ ਦੀ ਜਿਹੜੀ ਹੱਤਿਆ ਜਿਹੜੀ ਕੀਤੀ ਗਈ ਆ, ਕਿਉਂਕਿ ਇੰਨੀ ਕਾਹਲੀ ਕਿਸ ਚੀਜ਼ ਦੀ ਸੀ? ਇੰਨਾ ਉਹਨੂੰ ਮੋਦੀ ਨੂੰ ਕੀ ਪ੍ਰੋਬਲਮ ਕੀ ਆ ਗਈ ਸੀ ਕਿ ਜੇ ਦੇਸ਼ ਦੇ ਵਿੱਚ ਅੱਜ ਅਸੀਂ ਦੇਖੀਏ ਤਾਂ ਮੋਦੀ ਸਾਹਿਬ
ਸਿਰਫ ਇੱਕੋ ਹੀ ਬੰਦੇ ਤੋਂ ਡਰਦੇ ਨੇ, ਉਹ ਹੈ ਅਰਵਿੰਦ ਕੇਜਰੀਵਾਲ ਸਾਹਿਬ। ਉਹਨਾਂ ਦਾ ਡਰ ਇੰਨਾ ਡਰ ਪਿਆ ਹੋਇਆ ਕਿ ਉਹ ਨਹੀਂ ਚਾਹੁੰਦੇ ਕਿ 2024 ਦੇ ਵਿੱਚ ਜਿਹੜਾ ਹੈਗਾ ਇੰਡੀਆ ਅਲਾਇੰਸ ਹੈ ਜਿਹੜਾ ਉਹ ਅੱਗੇ ਵਧੇ। ਉਹਨੂੰ ਰੋਕਣ ਵਾਸਤੇ ਇਹ ਹੱਥਕੰਡੇ ਨੇ ਜਿਹੜੇ ਬੀਜੇਪੀ ਵੱਲੋਂ ਮੋਦੀ ਵੱਲੋਂ ਜਿਹੜੇ ਅਪਣਾਏ ਜਾ ਰਹੇ ਨੇ। ਪਰ ਅਸੀਂ ਸਾਨੂੰ ਚਾਹੇ ਜਿੱਥੇ ਜੇਲ੍ਹਾਂ 'ਚ ਡੱਕਣ, ਜਿੱਥੇ ਮਰਜ਼ੀ ਲੈ ਕੇ ਜਾਣ, ਅਸੀਂ ਨਾ ਡਰਨ ਵਾਲਿਆਂ ਨਾ ਝੁਕਣ ਵਾਲਿਆਂ, ਅਸੀਂ ਇਹ ਲੜਾਈ ਪੂਰੇ ਜ਼ੋਰਦਾਰ ਤਰੀਕੇ ਨਾਲ ਲੜਾਂਗੇ ਔਰ ਡਟ ਕੇ ਇਸ ਦਾ ਵਿਰੋਧ ਕਰਾਂਗੇ ਔਰ ਕੇਜਰੀਵਾਲ ਸਾਹਿਬ ਦੇ ਭਗਵੰਤ ਮਾਨ ਜੀ ਦੇ ਮੋਢੇ ਨਾਲ ਮੋਢਾ ਲਾ ਕੇ ਅਸੀਂ ਚੱਲਾਂਗੇ। ਗ੍ਰਿਫਤਾਰ ਕਰਨ ਨਾਲ ਕੇਜਰੀਵਾਲ ਸਾਹਿਬ ਦੀ ਆਵਾਜ਼ ਰੁਕ ਨਹੀਂ ਸਕਦੀ। ਉਹਨਾਂ ਦੀ ਲੱਖਾਂ ਵਲੰਟੀਅਰ ਨੇ ਜਿਹੜੇ, ਉਹਨਾਂ ਦੇ ਰਾਹੀਂ ਉਹਨਾਂ ਦੀ ਆਵਾਜ਼ ਆ ਆਵਾਮ ਤੱਕ ਪਹੁੰਚੂਗੀ ਔਰ ਆਵਾਜ਼ ਪੂਰੀ ਬੁਲੰਦ ਤਰੀਕੇ ਨਾਲ ਜਿਹੜੀ ਲੋਕਾਂ ਤੱਕ ਪਹੁੰਚਾਵਾਂਗੇ। ਜਿਹੜਾ ਜੋ ਇਹਨਾਂ ਨੇ ਇਹੋ ਜਿਹੀ ਘਟੀਆ ਹਰਕਤ ਕੱਲ ਕੇਜਰੀਵਾਲ ਸਾਹਿਬ ਨੂੰ ਅਰੈਸਟ ਕਰਕੇ ਕੀਤੀ ਹੈ, ਇਹ ਮੈਂ ਕਹਿੰਦਾ ਆਉਣ ਵਾਲੇ ਸਮੇਂ ਦੇ ਵਿੱਚ ਇਤਿਹਾਸ 'ਚ ਲਿਖਿਆ ਜਾਊਗਾ ਕਿ ਇਹਨਾਂ ਨੇ ਕਿੱਡੀ ਬਲੰਡਰ ਮਿਸਟੇਕ ਕੀਤੀ ਹੈ ਕਿ ਇੱਕ ਮੁੱਖ ਮੰਤਰੀ ਨੂੰ ਬਿਨਾਂ ਕਿਸੇ ਤੋਂ ਜਿਹੜਾ ਚੱਕਿਆ ਗਿਆ। ਮੈਨੂੰ ਲੱਗਦਾ ਕਿਤੇ ਨਾ ਕਿਤੇ ਅੱਜ ਦਿੱਲੀ 'ਚ ਵੀ ਕਾਫੀ ਵੱਡਾ ਪ੍ਰਦਰਸ਼ਨ ਕੀਤਾ ਜਾ ਰਿਹਾ, ਮੁੱਖ ਮੰਤਰੀ ਪੰਜਾਬ ਵੀ ਉੱਥੇ ਪਹੁੰਚੇ ਹੋਏ ਨੇ, ਕਿਸ ਤਰ੍ਹਾਂ ਦੇਖਦੇ ਹੋ ਅਗਲੀ ਰਣਨੀਤੀ ਕਿਸ ਤਰ੍ਹਾਂ ਦੀ ਆਮ ਆਦਮੀ ਪਾਰਟੀ? ਦੇਖੋ ਜਿਵੇਂ ਸਾਨੂੰ ਪਾਰਟੀ ਵੱਲੋਂ ਜਿਹੋ ਜਿਹਾ ਨਿਰਦੇਸ਼ ਆਊਗਾ ਅਸੀਂ ਪਾਰਟੀ ਦੇ ਨਿਰਦੇਸ਼ ਮੁਤਾਬਕ ਹੀ ਚੱਲਾਂਗੇ। ਔਰ ਜੇ ਸਾਨੂੰ ਕਹਿਣਗੇ ਧਰਨੇ ਤੇ ਬੈਠਣਾ, ਲੰਬੇ ਸਮੇਂ ਧਰਨੇ ਤੇ ਬੈਠਾਂਗੇ ਜਾਂ ਕੋਈ ਹੋਰ ਐਜੀਟੇਸ਼ਨ ਕਰਨੀ ਉਹ ਕਰਨਗੇ, ਜਿਵੇਂ ਵੀ ਪਾਰਟੀ ਦਾ ਨਿਰਦੇਸ਼ ਹੋਊ ਉਸ ਤਰ੍ਹਾਂ। ਦਿੱਲੀ ਵੱਲ ਆਪਣਾ ਚੰਡੀਗੜ੍ਹ ਵੱਲ ਕੁਝ ਕਰਨਾ ਕਿਉਂਕਿ ਉੱਥੇ ਵੀ ਪੂਰੀ ਬਾਰਡਰ ਏਰੀਆ ਸੀ। ਦੇਖੋ ਸਾਡੇ ਜਿਹੜੇ ਪ੍ਰਧਾਨ ਜੀ ਨੇ ਜਿਹੜੇ ਬਦਰਾਮ ਜੀ, ਉਹ ਜਿਵੇਂ ਸਾਨੂੰ ਦੱਸਣਗੇ ਉਸ ਤਰ੍ਹਾਂ ਅਸੀਂ ਅਗਲੀ ਕਾਰਵਾਈ ਜਿਹੜੀ ਕਰ। ਤੇ ਬਿਲਕੁਲ ਕਈ ਜਿਹੜੇ ਵਿਧਾਇਕ ਨੇ, ਮੰਤਰੀ ਨੇ ਇੱਥੇ ਪਹੁੰਚ ਰਹੇ ਨੇ, ਕਾਫੀ ਜਿਹੜਾ ਇਕੱਠ ਹੈ ਉਹ ਜ਼ਰੂਰ ਵੇਖਣ ਨੂੰ ਮਿਲ ਰਿਹਾ। ਸਾਫ਼ ਤੌਰ ਤੇ ਕਿਹਾ ਜਾ ਰਿਹਾ ਕਿ ਇਹ ਪ੍ਰੋਟੈਸਟ ਜਿਹੜਾ ਹੁਣ ਲਗਾਤਾਰ ਜਾਰੀ ਰਹਿਣ ਵਾਲਾ ਹੈ। ਪੰਜਾਬ ਨਹੀਂ ਬਲਕਿ ਪੂਰੇ ਦੇਸ਼ ਦੇ ਵਿੱਚ ਅਸੀਂ ਪ੍ਰੋਟੈਸਟ ਕਰਾਂਗੇ ਔਰ ਜਿਸ ਤਰ੍ਹਾਂ ਦੇ ਕੱਲ ਚੀਜ਼ਾਂ ਹੋਈ ਹੈ ਉਸ ਨੂੰ ਆਮ ਆਦਮੀ ਪਾਰਟੀ ਦੇ ਵਰਕਰਸ, ਵਲੰਟੀਅਰਸ, ਜਿਹੜੇ ਮੰਤਰੀ ਉਹ ਨਹੀਂ ਜਿਹੜਾ ਹੈਗਾ ਬਰਦਾਸ਼ਤ ਨਹੀਂ ਕਰਦਾ। ਮੋਹਾਲੀ ਤੋਂ ਕੈਮਰਾਮੈਨ ਸੰਦੀਪ ਕੁਮਾਰ ਨਾਲ ਮਨੋਜ ਰਾਠੀ, ਨਿਊਜ਼ 18 ਪੰਜਾਬ।